ਕਾਜੀ ਕਹਿੰਦਾ ਜੀ ਫਿਰ ਮੈਂ ਤੇ ਪੜ੍ਹੀ ਆ। ਮਹਾਰਾਜ ਕਹਿੰਦੇ ਕਾਜੀ ਆ ਤੇਰੀ ਵੀ ਜਿਹੜੀ ਘੋੜੀ ਸੂਈ ਤੂੰ ਤੇ ਡਰਦਾ ਫਿਰਦਾ ਸੀ ਉਹ ਕਿਤੇ ਬੱਛੀ ਖੂਹੀ ਚ ਨਾ ਡਿੱਗ ਜਾਏ। ਏਦਾਂ ਹੀ ਸੀ ਕਿ ਨਹੀਂ? ਗੈਰ ਹਾਜ਼ਰ ਹਾਜ਼ਰ ਤੇ ਹਾਜ਼ਰ ਗੈਰ ਹਾਜ਼ਰ, ਉਹੀ ਗੱਲ ਬਿਨਾਂ ਭਾਗਾਂ ਤੋਂ ਕੁਝ ਨਹੀਂ ਮਿਲਦਾ। ਉਹ ਕੋਈ ਮਾਤਾ ਸੀ, ਮਾਤਾ ਮਹਾਂਪੁਰਖਾਂ ਦੀ ਕਰੇ ਸੇਵਾ। ਮਾਈਆਂ ਮਹਾਰਾਜ ਦੀਆਂ ਮਿਹਰਾਂ ਨੇ, ਬੰਦਿਆਂ ਨਾਲੋਂ ਮਾਤਾਵਾਂ ਦੇ ਵਿੱਚ ਬਹੁਤ ਵੱਧ ਸ਼ਕਤੀ ਹੁੰਦੀ ਆ। ਇਹ ਚਾਹੁਣ ਇੱਕ ਸ਼ਿੰਗ ਦੇ ਵਿੱਚ ਪਰਮੇਸ਼ਰ ਨੂੰ ਪਾ ਸਕਦੇ ਹਾਂ। ਅਨਸੂਆ ਦੀ ਕਥਾ ਆਉਂਦੀ ਹੈ, ਪਾਰਵਤੀ ਮਾਈ ਔਰ ਸੰਗਤ ਜੀ ਲਕਸ਼ਮੀ ਮਾਈ, ਇਹ ਸਾਰੀਆਂ ਉਹ ਤੋਂ ਥੱਲੇ ਰਹਿ ਗਈਆਂ। ਪਤੀ ਵਰਤਾ ਧਰਮ ਵਿੱਚ ਪੂਰੀ ਉਤਰੀ, ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ। ਬ੍ਰਹਮਾ ਵਿਸ਼ਨ ਮਹੇਸ਼ ਤਿੰਨਾਂ ਦੀਆਂ ਪਤਨੀਆਂ ਉਹਦੇ ਨਾਲ ਈਰਖਾ ਕਰਨ ਲੱਗ ਗਈਆਂ, ਦਿਲਾਉਣ ਦੇ ਯਤਨ ਕੀਤੇ, ਪਰ ਉਹ ਮਾਂ ਅਨਸੂਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਉਹਦੀ ਕਥਾ ਲਿਖੀ ਆ, ਕਹਿੰਦੇ ਆਪਣੇ ਧਰਮ ਵਿੱਚ ਪੂਰੀ ਨਿਤਰੀ ਔਰ ਦੁਨੀਆਂ ਦੇ ਵਿੱਚ ਉਹਦੀਆਂ ਧੁੰਮਾਂ। ਸੰਗਤ ਜੀ ਕੋਈ ਮਾਤਾ ਕਰੇ ਸੇਵਾ ਮਹਾਂਪੁਰਖਾਂ ਤੇ, ਮਹਾਂਪੁਰਖ ਕਹਿੰਦੇ ਚੰਗਾ ਵੀ ਮਾਈ, ਅਸੀਂ ਤੇ ਹੁਣ ਸੱਚਖੰਡ ਚਲੇ ਜਾਣਾ। ਮਾਈ ਕਹਿੰਦੀ ਬਾਬਾ ਏਦਾਂ ਕਿੱਦਾਂ ਚਲੇ ਜਾਣਾ, ਓਦਾਂ ਸੇਵਾ ਇੱਥੇ ਤੇਰੀ ਅਸੀਂ ਕਰਦੀਆਂ ਰਹੀਆਂ ਭੈਣਾਂ, ਉਹ ਬਾਕੀਆਂ ਨੂੰ ਛੱਡ, ਮੈਂ ਤੇ ਬਾਬਾ ਜੀ ਨਾਲ ਹੀ ਜਾਣਾ ਸੱਚਖੰਡ। ਬਾਬਾ ਜੀ ਆਂਦੇ ਮਾਈ ਨਾ ਤੇ ਹੈ ਤੇਰਾ ਬਚਨ ਕੌਰ, ਪਰ ਬਚਨੀਏ ਕਈ ਵਾਰੀ ਕਬਚਨ ਵੀ ਕਰਦੀ ਰਹੀ ਹੈ, ਨਾ ਤੇ ਬਚਨ ਕੌਰ ਕਈ ਵਾਰੀ ਕੌੜਾ ਵੀ ਬੋਲਦੀ ਰਹੀ ਹੈ, ਇਸ ਕਰਕੇ ਹਾਲੇ ਨਹੀਂ ਤੈਨੂੰ ਸੱਚਖੰਡ ਦੇ ਵਿੱਚ ਉੱਥੇ ਨਹੀਂ ਵੜਨ ਦੇਣਾ। ਆਂਦੀ ਬਾਬਾ ਜੀ ਇੱਦਾਂ ਕਿੱਦਾਂ, ਮੈਂ ਤੇ ਜਾਣਾ ਹੀ ਜਾਣਾ। ਆਂਦੇ ਚੰਗਾ ਭਾਈ ਤੂੰ ਆਪਣਾ ਯਤਨ ਕਰਕੇ ਵੇਖ ਲਾ। ਲਓ ਸੰਗਤ ਜੀ ਮਹਾਂਪੁਰਖਾਂ ਦਾ ਪਣਗਾ ਬਵਾਣ ਦਾ ਰੂਪ ਧਾਰਨ ਕਰਕੇ ਸਣੇ ਸਰੀਰ ਮਹਾਂਪੁਰਖ ਸੱਚਖੰਡ ਨੂੰ